ਸੋ ਬਾਬਾ ਜੀ ਦੇ ਮੰਦਰ ਜਾ ਕੇ ਸਭ ਤੋਂ ਪਹਿਲਾਂ ਅਸੂਲ ਹੁੰਦਾ ਹੈ, ਸਭ ਤੋਂ ਪਹਿਲੀ ਗੱਲ ਇਹੀ ਸਮਝਾਈ ਜਾਂਦੀ ਹੈ, ਮਿੱਠਤ ਨੀਵੀਂ ਨਾਨਕ ਗੁਣ ਚੰਗਿਆਈਆਂ ਤਤ, ਵੀ ਸਭ ਤੋਂ ਪਹਿਲਾਂ ਨਮਰਤਾ ਹੋਵੇ ਮਨ 'ਚ, ਨਿਮਾਣਾਪਨ ਹੋਵੇ ਵੀ ਬਾਬਾ ਜੀ ਮੈਂ ਕੁਝ ਵੀ ਨਹੀਂ, ਮੈਂ ਮੰਦਰ ਆਇਆ ਨਾ ਸੇਵਾ ਕਰ ਰਿਹਾ, ਇਹ ਤੁਸੀਂ ਕਰਵਾ ਰਹੇ ਹੋ, ਮੇਰੇ ਵਰਗੇ ਬਹੁਤ ਘੁੰਮਦੇ ਹੈ, ਬੜੀ ਦੁਨੀਆ ਭੱਜੀ ਫਿਰਦੀ ਹੈ, ਤੁਸੀਂ ਮੇਰੇ 'ਤੇ ਨਜ਼ਰ ਸਵੱਲੀ ਕੀਤੀ ਹੈ, ਬਸ ਮਿਹਰ ਦੀ ਨਜ਼ਰ ਕੀਤੀ, ਤੁਹਾਨੂੰ ਮੇਰੇ 'ਤੇ ਦਇਆ ਆ ਗਈ, ਤੁਹਾਨੂੰ ਤਰਸ ਆ ਗਿਆ, ਮੇਰੇ 'ਤੇ ਪਿਆਰ ਆ ਗਿਆ, ਤੁਸੀਂ ਬਸ ਮੈਨੂੰ ਆਪਣੀ ਸ਼ਰਨ 'ਚ ਬੁਲਾ ਲਏ, ਜਿਹਨੂੰ ਤੁਸੀਂ ਨਹੀਂ ਬੁਲਾਉਂਦੇ ਉਹ ਆ ਵੀ ਨਹੀਂ ਸਕਦਾ, ਤੁਸੀਂ ਮੈਨੂੰ ਬੁਲਾਇਆ, ਬਸ ਤੁਸੀਂ ਕਰਵਾ ਰਹੇ ਹੋ, ਤੁਸੀਂ ਵਰਤ ਰਹੇ ਹੋ ਮੇਰੇ ਅੰਦਰ। ਜਿਹੜਾ ਬੰਦਾ ਨਮਰਤਾ ਰੱਖਦਾ, ਦੇਖੋ ਜਿਹੜੇ ਪਰਿਵਾਰ ਦੀ ਨਮਰਤਾ, ਉਸ ਘਰ 'ਚ ਤਰੱਕੀ ਹੁੰਦੀ ਹੈ, ਉਹ 'ਚ ਖੁਸ਼ੀਆਂ ਰਹਿੰਦੀਆਂ। ਜਿਹੜਾ ਬੰਦਾ ਲੜਾਕਾ, ਮਾੜੀ ਮਾੜੀ ਗੱਲ 'ਤੇ ਲੜੀ ਜਾਂਦਾ, ਮੈਂ ਕਰੀ ਜਾਂਦਾ, ਮੈਂ ਨਾ ਹੋਵਾਂ ਨਾ ਇਹ ਕੰਮ ਨਹੀਂ ਹੋ ਸਕਦਾ, ਮੈਂ ਨਾ ਹੋਵਾਂ ਨਾ ਇਹ ਨਹੀਂ ਹੋ ਸਕਦਾ, ਉਹ ਘਰ 'ਚ ਜਿਹੜੇ ਮੈਂ ਹੀ ਚਲੀ ਜਾਂਦੀ, ਉਹ ਘਰ 'ਚੋਂ ਫਿਰ ਬਰਕਤ ਉੜ ਜਾਂਦੀ, ਉਹ ਘਰ ਪਿੱਛੇ ਨੂੰ ਜਾਣਾ ਸ਼ੁਰੂ ਹੋ ਜਾਂਦੇ। ਜਿਹੜਾ ਲੜੀ ਜਾਂਦਾ ਆਂਢੀ ਗੁਆਂਢੀਆਂ ਨਾਲ ਮਾੜੀ ਮਾੜੀ ਗੱਲ 'ਤੇ, ਇੰਨੀ ਗੱਲ 'ਤੇ ਤੂੰ ਮੇਰੇ ਵੱਲ ਦੇਖਿਆ ਕਿਵੇਂ, ਤੂੰ ਇੱਦਾਂ ਕਿਉਂ ਕੀਤਾ, ਤੂੰ ਉੱਦਾਂ ਕਿਉਂ ਕੀਤਾ, ਵਿਹਲੇ ਆ ਅਤੇ ਲੜੀ ਪਾਓ, ਚਲੋ ਲੜੀ ਲੈਂਦੇ ਹਾਂ। ਉਹ ਵੀ ਬੰਦਾ ਨਾ ਬਹੁਤ ਕੁਛ ਜੀਵਨ 'ਚ ਇਗਨੋਰ ਕਰਕੇ ਚੱਲਣਾ ਪੈਂਦਾ ਬੰਦੇ ਨੂੰ। ਜਿਹੜਾ ਬੰਦਾ ਹਰ ਗੱਲ 'ਤੇ ਆਕੜ ਕਰਦਾ, ਹਰ ਗੱਲ 'ਤੇ ਲੜਨ ਨੂੰ ਤਿਆਰ ਹੈ, ਕਿਸੇ ਨੇ ਕੁਛ ਕਹਿ ਤਾ ਬਸ ਉਨਿੱਟ ਦਾ ਜਵਾਬ ਪੱਥਰ ਨਾ ਦੇਵਾਂਗੇ, ਦੇ ਲੈ ਫਿਰ ਭਾਈ, ਦੇ ਲੈ, ਤੇਰੇ ਕੋਲ 24 ਘੰਟੇ ਨੂੰ ਲੜ ਕੇ ਲੰਘਾ ਲੈ, ਚਾਹੇ ਆਪਣੀ ਤਰੱਕੀ 'ਤੇ ਲਾ ਲੈ। ਸਾਰਿਆਂ ਕੋਲ ਰੱਬ ਉਹੀ ਸਵਾਸ ਦਿੰਦਾ, ਉਹੀ 24 ਘੰਟੇ ਦਿੰਦਾ। ਕਈ ਬੰਦੇ ਆਪਣੇ ਆਪ ਨੂੰ ਸਵਾਰ ਲੈਂਦੇ ਨੇ, ਨਮਰਤਾ 'ਚ ਰਹਿੰਦੇ, ਕੋਈ ਗੱਲ ਨਹੀਂ ਕਹਿ ਗਿਆ ਯਾਰ, ਗਾਲ ਕੱਢ ਗਿਆ, ਆਪਣੀ ਜ਼ੁਬਾਨ ਗੰਦੀ ਕਰ ਗਿਆ, ਮੇਰਾ ਕੀ ਗਿਆ, ਮੇਰਾ ਕੀ ਗਿਆ, ਉਹਨੇ ਆਪਣੀ ਜ਼ੁਬਾਨ ਗੰਦੀ ਕੀਤੀ ਹੈ। ਜਿਹੜਾ ਦੁਸ਼ਮਣ ਹੁੰਦਾ ਨਾ, ਉਹਨੂੰ ਮਾਰਨਾ ਹੋਵੇ ਨਾ, ਉਹ ਇੱਦਾਂ ਹੀ ਆਪਣੇ ਆਪ ਹੀ ਮਰ ਜਾਂਦਾ, ਵੀ ਮੈਂ ਕੁੱਤੇ ਵਾਂਗੂ ਭੌਂਕਦਾ, ਇਹ ਕਿਉਂ ਨਹੀਂ ਬੋਲਦਾ ਕੁਛ, ਮੈਂ ਸਾਰਾ ਦਿਨ ਬੋਲਦਾ, ਇਹਨੂੰ ਗਾਲਾਂ ਕੱਢਦਾ, ਕੁਛ ਕਹਿੰਦੇ ਨੇ, ਉਹ ਇਹ ਸੋਚ ਸੋਚ ਕੇ ਮਰਿਆ ਰਹਿੰਦਾ, ਉਹ ਮਰ ਜਾਂਦਾ, ਉਹ ਖਤਮ ਹੋ ਜਾਂਦਾ, ਉਹਨੂੰ ਖਤਮ ਕਰਨ ਦੀ ਲੋੜ ਨਹੀਂ ਹੈ, ਉਹਨੂੰ ਕੁਛ ਕਹਿਣ ਦੀ ਲੋੜ ਨਹੀਂ, ਉਹਨੂੰ ਉਹਦੇ ਹਾਲ 'ਤੇ ਛੱਡ ਦਿਉ, ਉਹਨੂੰ ਉਹਦੇ ਕਰਮਾਂ ਨੇ ਹੀ ਡੋਬ ਦੇਣਾ, ਆਪਾਂ ਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਹੈ। ਜਿਹੜਾ ਮਾੜਾ ਬੰਦਾ ਹੈ, ਗਲਤ ਬੋਲਦਾ, ਉਹਦੀ ਬਾਣੀ ਗੰਦੀ ਹੈ ਨਾ, ਜ਼ੁਬਾਨ ਚੱਲਦੀ ਹੈ ਜਿਹਦੀ ਕੈਂਚੀ ਵਾਂਗ, ਉਹਨੇ ਆਪਣੇ ਆਪ ਹੀ ਇੱਕ ਦਿਨ ਆਪ ਹੀ ਮਾਰਿਆ ਜਾਣੇ, ਔਰ ਕੁਛ ਕਰਨ ਦੀ ਲੋੜ ਨਹੀਂ, ਚੁੱਪ ਕਰਕੇ ਬਹਿ ਕੇ ਬਸ ਦੇਖੋ, ਬਾਬਾ ਜੀ 'ਤੇ ਭਰੋਸਾ ਰੱਖੋ, ਇਹਨੂੰ ਇਗਨੋਰ ਕਰਕੇ ਚੱਲੋ, ਇਹਨੂੰ ਆਪਣੇ ਦਿਲ 'ਤੇ ਨਾ ਲਾਇਆ ਕਰੋ ਮਾੜੀ ਮਾੜੀ ਗੱਲ ਨੂੰ, ਨਮਰਤਾ 'ਚ ਰਿਹਾ ਕਰੋ, ਬਾਬਾ ਜੀ ਇਹਦਾ ਵੀ ਭਲਾ ਕਰੋ, ਇਹਨੂੰ ਸਦਬੁੱਧੀ ਦਿਓ, ਇਹਨੂੰ ਅਕਲ ਨਹੀਂ ਹੈ, ਇਹਦਾ ਕੋਈ ਗੁਰੂ ਨਹੀਂ ਹੈ, ਬੇਗੁਰਾ ਬੰਦਾ ਹੈ, ਇਹ ਗਲਤ ਬੋਲਦਾ ਸੀ, ਨਮਰਤਾ 'ਚ ਰਹਿਣਾ, ਕੋਈ ਗੱਲ ਨਹੀਂ, ਇਹ ਬੇਅਕਲ, ਅਸੀਂ ਥੋੜ੍ਹਾ, ਅਸੀਂ ਤਾਂ ਅਕਲ ਵਾਲੇ, ਅਸੀਂ ਉਹ ਗਾਲਾਂ ਕੱਢਦਾ, ਅਸੀਂ ਥੋੜ੍ਹਾ ਆਪਣੀ ਜ਼ੁਬਾਨ ਗੰਦੀ ਕਰਨੀ, ਅਸੀਂ ਇੱਦਾਂ ਹੀ ਰਹਿਣਾ, ਅਸੀਂ ਤੁਹਾਡੀ ਰਜ਼ਾ 'ਚ ਰਹਿਣਾ, ਨਾਲੇ ਅਸੀਂ ਆਪਣੇ 24 ਘੰਟੇ ਕਿਸੇ ਨੂੰ ਨਹੀਂ ਦੇਣੇ, ਅਸੀਂ ਆਪਣੇ ਆਪ 'ਤੇ ਲਾਵਾਂਗੇ, ਆਪਣੇ ਆਪ ਦੀ ਤਰੱਕੀ ਕਰਾਂਗੇ। ਨਮਰਤਾ 'ਚ ਰਹਿੰਦਾ, ਹਰ ਇੱਕ ਨੂੰ ਪਿਆਰ ਨਾਲ ਬੋਲਦਾ, ਮਿੱਠਾ ਬੋਲਦਾ, ਹਰ ਇੱਕ ਦਾ ਭਲਾ ਮੰਗਦਾ, ਅਤੇ ਉਹਦਾ ਭਲਾ ਹੋ ਹੀ ਜਾਂਦਾ ਆਪਣੇ ਆਪ ਹੀ। ਸੋ ਇਸ ਕਰਕੇ ਹੰਕਾਰ ਨਹੀਂ ਕਰਨਾ, ਕਿਸੇ ਨਾਲ ਲੜਨਾ ਨਹੀਂ ਹੈ, ਹੱਥ ਜੋੜ ਦੇਣੇ ਹੈ। ਜੇ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਤਰੱਕੀ ਚਾਹੁੰਦੇ ਹੋ, ਤੁਹਾਡੇ ਬੱਚੇ ਸੁਖੀ ਰਹਿਣ, ਤੁਸੀਂ ਨਮਰਤਾ ਦਾ ਬੀਜ ਬੀਜੋ, ਤੁਹਾਡੇ ਬੱਚੇ ਤੁਹਾਡੀਆਂ ਕਈ ਪੁਸ਼ਤਾਂ ਬਹਿ ਕੇ ਖਾਣਗੀਆਂ, ਬਾਬਾ ਜੀ ਦੀ ਰਜ਼ਾ ਵਿੱਚ ਰਹਿਣਗੀਆਂ,
ਤੁਹਾਡੀਆਂ ਕਈ ਪੁਸ਼ਤਾਂ ਤਰ ਜਾਣਗੀਆਂ। ਬਸ ਇਹ ਵੀ ਆਪਣੇ ਲੜ ਬੰਨੋ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਸਾਨੂੰ ਸਿਖਾ ਕੇ ਗਏ, ਭਾਈ ਨਮਰਤਾ ਚ ਰਿਹਾ ਕਰ, ਐਵੇਂ ਨਾ ਹੰਕਾਰ ਕਰਿਆ ਕਰ। ਹੰਕਾਰ ਕਰਕੇ ਬੰਦਾ ਲੜਦਾ ਲੈ, ਤੂੰ ਬੋਲਿਆ ਕਿਵੇਂ, ਤੂੰ ਮੈਨੂੰ ਜਾਣਦਾ ਮੈਂ ਹੈ ਕੌਣ। ਦੋ ਮਿੰਟ ਜੇ ਹੱਥ ਜੋੜਿਆ ਗੱਲ ਬਣਦੀ ਹੈ, ਫਿਰ ਆਪਾਂ ਨੂੰ ਲੜਨ ਦੀ ਲੋੜ ਕੀ ਹੈ? ਲੜਾਈ 'ਚ ਕੁਝ ਨਹੀਂ ਰੱਖਿਆ, ਬੰਦਾ ਪਛਤਾਉਂਦਾ ਹੀ ਹੈ ਬਾਅਦ 'ਚ। ਇਸ ਕਰਕੇ ਘਰਾਂ 'ਚੋਂ ਲੜਾਈ ਖਤਮ ਕਰੋ, ਪਰਿਵਾਰ ਦੀ ਲੜਾਈ ਖਤਮ ਕਰੋ। ਜੇ ਕੋਈ ਮਾੜਾ ਬੋਲਦਾ ਉਹਨੂੰ ਮਾਫ਼ ਕਰ ਦਿਆ ਕਰੋ, ਆਪਣੇ ਆਪ ਹੀ ਬੰਦਾ ਫਿਰ ਸੁਧਰ ਜਾਂਦਾ। ਸੋ ਆਪਣੇ ਆਪ ਨੂੰ ਸਮਝਾਉਣਾ ਵੀ ਮਨਾ, ਤੂੰ ਗੁਰੂ ਜੀ ਦੇ ਚਰਨਾਂ 'ਚ ਬਹਿਣਾ ਅਤੇ ਹੁਣ ਨਮਰਤਾ ਸਿੱਖ। ਬਸ ਆਪਾਂ ਹਰ ਇੱਕ ਨੂੰ ਹੱਥ ਜੋੜਨਾ, ਨਮਰਤਾ 'ਚ ਰਹਿਣਾ, ਪਿਆਰ 'ਚ ਰਹਿਣਾ, ਹਰ ਇੱਕ ਦਾ ਭਲਾ ਮੰਗਣਾ। ਅਤੇ ਕੀ ਕਹਿਣਾ ਆਪਣੇ ਮਨ ਨੂੰ।